ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜੀਤ ਸਿੰਘ, ਆਵਾਜ਼ੇ ਕੌਮ ਜਥੇਬੰਦੀ ਤੋਂ। ਅੱਜ ਭਾਈ ਬਲਦੇਵ ਸਿੰਘ ਸਿਰਸਾ ਜੀ ਵੱਲੋਂ ਉਪਰਾਲਾ ਕਰਕੇ ਨੁਮਾਇੰਦਾ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸੱਦ ਕੇ ਇੱਕ ਬਹੁਤ ਅਹਿਮ ਇਸ਼ੂ ਜਿਹੜਾ ਕਿ ਪਿਛਲੇ ਸਮੇਂ ਤੋਂ ਬੜਾ ਪੰਥ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਨੌਜਵਾਨਾਂ ਨੇ ਆਪ ਮੁਹਾਰੇ ਹੋ ਕੇ ਜਿਹੜਾ ਹੈਗਾ ਉੱਥੇ ਜਿਹੜੇ ਦਰਬਾਰ ਸਾਹਿਬ ਗਲਿਆਰੇ ਤੋਂ ਥੋੜ੍ਹੀ ਦੂਰੀ ਦੇ ਉੱਤੇ ਜਿਹੜੇ ਬੁੱਤ ਲੱਗੇ ਸੀ ਰਾਸਤੇ ਦੇ ਵਿੱਚ ਉਹ ਤੋੜ ਦਿੱਤੇ ਆ, ਅਤੇ ਉਹਨਾਂ ਮੁੰਡਿਆਂ ਦੇ ਉੱਤੇ 307 ਦੇ ਪਰਚੇ ਹੋਏ ਆ। ਇੱਥੋਂ ਤੱਕ ਵੀ ਖਬਰ ਮਿਲੀ ਹੈਗੀ ਆ ਕਿ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਜੀ। ਅਤੇ ਦੂਸਰਾ ਜਿਹੜਾ ਰੇਲਵੇ ਸਟੇਸ਼ਨ ਦਾ ਜਿਹੜਾ ਸਾਡਾ ਵਿਰਾਸਤੀ ਇੱਕ ਤਰ੍ਹਾਂ ਦੀ ਦਿੱਖ ਆ ਉਹਨੂੰ ਖਤਮ ਕਰਕੇ ਉਹਨੂੰ ਜਿਹੜਾ ਕਮਲ ਦੇ ਫੁੱਲ ਵਾਲੀ ਸੋਚ ਦੇ ਧਾਰਨੀ ਲੋਕਾਂ ਨੇ ਉਸ ਆਧਾਰ ਦੇ ਉੱਤੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਤਹਿਤ ਉਹਨੂੰ ਨਵੇਂ ਡਿਜ਼ਾਇਨ ਦੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ, ਉਹਦੇ ਬਾਰੇ ਦੇ ਵਿੱਚ। ਅਤੇ ਤੀਸਰਾ ਜਿਹੜਾ ਊਧਮ ਸਿੰਘ ਦਾ ਬੁੱਤ ਹੈਗਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਲੱਗਾ, ਉਹਨੂੰ ਉਹਦੇ ਉੱਤੇ ਫੀਸ ਲਾ ਕੇ ਦੇਖਣ ਦੇ ਉੱਤੇ ਜਿਹੜਾ ਇਹਨਾਂ ਇਸ਼ੂਆਂ ਦੇ ਲਈ ਅੱਜ ਦੀ ਇਕੱਤਰਤਾ ਕੀਤੀ ਗਈ ਸੀ ਇਹ ਜੀ। ਇਹਦੇ ਵਿੱਚ ਸਾਰੇ ਨੁਮਾਇੰਦਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਆ, ਪੇਸ਼ ਕੀਤੇ ਆ। ਇਹ ਜਿਹੜਾ ਅੱਜ ਦਾ ਇਕੱਠ ਹੋਇਆ ਇਹਦੇ ਵਿੱਚ ਇਹ ਗੱਲ ਰੱਖੀ ਗਈ ਹੈਗੀ ਆ ਵੀ 22 ਤਰੀਕ ਨੂੰ ਜਿਹੜੀਆਂ ਜਥੇਬੰਦੀਆਂ ਅੱਜ ਨਹੀਂ ਪਹੁੰਚ ਸਕੀਆਂ, ਜਿਹੜੇ ਨੁਮਾਇੰਦੇ ਨਹੀਂ ਪਹੁੰਚ ਸਕੇ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਸੱਦਾ ਉਹਨਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਸੱਦਿਆ ਜਾਊਗਾ। 22 ਤਰੀਕ ਨੂੰ ਇੱਕ ਪੰਥਕ ਨੁਮਾਇੰਦਾ ਜਥੇਬੰਦੀਆਂ ਦਾ ਇਕੱਠ ਜਿਹੜਾ ਹੈਗਾ ਕੀਤਾ ਜਾਊਗਾ, ਜਿਹਦੇ ਵਿੱਚ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਉਲੀਕੀ ਜਾਊਗੀ, ਅਤੇ ਬਹੁਤ ਜਲਦ ਜਿਹੜਾ ਹੈਗਾ ਇਸ ਮਸਲੇ ਨੂੰ ਹੱਲ ਕਰਨ ਵੱਲ ਕੋਈ ਨਾ ਕੋਈ ਖਾਸ ਉਪਰਾਲਾ ਜਿਹੜਾ ਕੀਤਾ ਜਾਊਗਾ। ਧੰਨਵਾਦ।